पहले बोली नहीं आई, जे बोली आई तो कुछ टाइम 2 दिन बीच दी अपने लेबर नहीं आई, ते हुण कहिंदे बार दा नाँ नहीं हैगा जी। असीं तां इत्थे परेशान हो रहे हाँ जी, बस तुहाडे सामणे। बाकी मीह करके जी सारी कणक भिजी जांदी है जी, मगरों कल नूं फिर कहणगे 4 दिन फिर नहीं भरनी, कहणगे नवीं आ गई जी ते चाह आ गई जी। तरपालां दा कुछ जिन्ना हैगा हैगा नहीं, कोई तरपालां दा कोई इन्ना इंतजाम नहीं हैगा जी। आपदे कुछ घरों लिया लिया के पलड़ पुलड़ पाई बैठे जी, कुछ ਉਹ ਕੀਤਾ ਗਿਆ। ਮੀਂਹ ਨਾਲ ਹੋਈ ਹੈ ਜੀ, ਆਹ ਤੁਹਾਡੇ ਸਾਹਮਣੇ ਆ ਜੀ, ਢੇਰੀਆਂ ਨੰਗੀਆਂ ਪਈਆਂ ਨੇ ਸਾਰੀਆਂ, ਪਾਣੀ ਖੜਾ ਹੈ ਜੀ ਸਾਰੇ। ਨਹੀਂ ਆਊਗੀ ਜੀ, ਹੁਣ ਇਹ ਕਹਿਣਗੇ ਵੀ ਇਹਦੇ ਵਿੱਚ ਨਵੀਂ ਹੈ ਜੀ, ਫਿਰ ਨਹੀਂ ਭਰਨੀ 4 ਦਿਨ ਜੀ। 10 ਤਰੀਕ ਦੇ ਪਹਿਲਾਂ ਬੈਠੇ ਹਾਂ ਜੀ ਅਸੀਂ, 9 ਤਰੀਕ ਦੇ। ਸਾਨੂੰ ਅੱਜ 9ਵਾਂ ਦਿਨ ਆ ਜੀ, 9 ਦਿਨ ਹੋ ਗਿਆ ਇਹਨੂੰ, ਕੋਈ ਇੱਥੇ ਵਾਰਦਾਨਾ ਨਹੀਂ ਹੈਗਾ, ਕੋਈ ਇੱਥੇ ਪਹਿਲਾਂ ਬੋਲੀ ਨਹੀਂ ਹੋਈ। ਅੱਜ ਮਾੜਾ ਜਿਹਾ ਵਾਰਦਾਨਾ ਆਇਆ ਤਾਂ ਅੱਜ ਮੀਂਹ ਹੈਗਾ ਜੀ, ਹੁਣ ਮੀਂਹ ਨੇ ਕੰਮ ਬੰਦ ਕਰਤਾ, ਨਾ ਕੋਈ ਤਰਪਾਲਾਂ ਨੇਗੀਆਂ, ਬਹੁਤ ਮੁਸ਼ਕਲ ਹੋਈ ਪਈ ਆ ਜ਼ਿਮੀਂਦਾਰ ਨੂੰ। ਦੇਖੋ ਸਾਰੀਆਂ ਢੇਰੀਆਂ ਥੱਲੇ ਪਾਣੀ ਪਾਣੀ ਫਿਰਦਾ ਗਾ, ਬੈਠਣ ਨੂੰ ਕੋਈ ਇੰਤਜ਼ਾਮ, ਰਹਿਣ ਦਾ ਕੋਈ ਇੰਤਜ਼ਾਮ ਕੀਤਾ? ਬੈਠਣ ਨੂੰ ਆ ਦੇਖ ਲਓ ਜੀ, ਗੱਡੀ ਮੰਗਾਈ ਆ ਘਰੋਂ, ਉਹਦੇ 'ਚ ਹੀ ਰੋਟੀ ਧਰੀ ਆ, ਕੋਈ ਇੰਤਜ਼ਾਮ ਨਹੀਂ ਸਾਡੇ ਕੋਲ ਤਾਂ, ਨਾ ਕੋਈ ਤੰਬੂ ਹੈ ਅਤੇ ਨਾ ਕੋਈ ਝੁੰਬੀ ਆ, ਕੋਈ ਸਾਡੇ ਕੋਲ ਬੱਚਾ ਨਹੀਂ ਆਇਆ ਜੀ, ਕੋਈ ਬੱਚਾ ਨਹੀਂ ਆਇਆ ਸਾਡੇ ਕੋਲ, ਨਾ ਕੋਈ ਸਾਡੇ ਕੋਲ ਆੜਤੀ ਹੈ ਅਤੇ ਨਾ ਕੋਈ ਅਧਿਕਾਰੀ ਆ ਕੋਈ। ਅੱਗੇ ਤਾਂ ਤੂੰ ਪਹਿਲਾਂ ਬਹੁਤ ਟਾਈਮ ਵਿਹਲੇ ਹੋ ਜਾਂਦੇ, 10-11 ਦਿਨ ਤਾਂ ਕਿਉਂ ਖਰੀਦ ਲੇਟ ਆ ਗਈ? ਸਾਨੂੰ ਅੱਜ ਜੀ 8ਵਾਂ ਦਿਨ ਹੋ ਗਿਆ ਇੱਥੇ ਆਇਆਂ ਨੂੰ। ਪਹਿਲਾਂ ਤਾਂ ਸਾਡੀ ਕਣਕ ਲੇਟ ਹੋਈ ਆ, ਮੰਡੀ ਨਹੀਂ ਚੱਲਦੀ ਸੀਗੀ, 10 ਦਿਨ ਤਾਂ ਸਾਡੀ ਕਣਕ ਪਹਿਲਾਂ ਵੱਢਣ ਕਿੰਨੀ ਉਹ ਹੋਈ, ਅਤੇ ਫਿਰ ਹੁਣ ਸਾਨੂੰ 8ਵਾਂ ਦਿਨ ਅੱਜ ਇੱਥੇ ਬੈਠਿਆਂ ਨੂੰ ਹੋਇਆ। ਮੌਸਮ ਖਰਾਬ ਆ, ਸਾਰੀਆਂ ਢੇਰੀਆਂ 'ਚ ਪਾਣੀ ਵੜਿਆ ਹੋਇਆ, ਕੋਈ ਤਰਪਾਲਾਂ ਦਾ ਕੋਈ ਇੱਡਾ ਨਹੀਂ ਹੈਗਾ, ਕੋਈ ਦਿੱਤੀਆਂ ਆੜਤੀਆਂ ਨੇ, ਕੁਛ ਕੁਛ ਆਪ ਲਾਏ ਪੱਲੜ, ਉਹਦੇ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ। ਹਾਂ ਜੀ, ਪੂਰੀਆਂ ਸਮੱਸਿਆ ਜੀ, ਸਾਨੂੰ ਪੈਣ ਨੂੰ ਕੋਈ ਸਮੱਸਿਆ ਪੂਰੀ ਹੈ ਜੀ, ਕੋਈ ਇੱਥੇ ਲਵੇ ਤਾਂ ਵੀ ਕੋਈ ਉਹ ਨਹੀਂ ਹੈਗਾ, ਸ਼ੈੱਡ ਨਹੀਂ ਹੈਗਾ, ਸਾਨੂੰ ਪੈਣ ਦੀ ਬਹੁਤ ਸਮੱਸਿਆ, ਇੱਥੇ ਭਿੱਜੇ ਰਹੇ ਹਾਂ ਅਸੀਂ। ਅਸੀਂ 9 ਤਰੀਕ 'ਤੇ ਬੈਠੇ ਹਾਂ ਇੱਥੇ ਜੀ, ਸਾਰੀ ਦਿੱਕਤ ਹੀ ਦਿੱਕਤ ਹੈ, ਕੋਈ ਬਾਰਦਾਨਾ ਨਹੀਂ ਆਇਆ ਇੱਥੇ, ਕਿਸੇ ਨੇ ਸਾਨੂੰ ਸਰਕਾਰੀ ਅਧਿਕਾਰੀ ਨੇ ਪੁੱਛਿਆ ਨਹੀਂ ਆ ਕੇ ਬਈ ਸੋਚੀ ਔਖੇ ਹੋ ਕਿ ਸੌਖੇ ਹੋ। ਜੇ ਅਸੀਂ ਆੜਤੀ ਲੜਦੇ ਹਾਂ, ਉਹਦਾ ਸਾਡਾ 9 ਮਾਸ ਦਾ ਰਿਸ਼ਤਾ ਹੈ, ਉਹ ਵਿਚਾਰਾ ਸਾਡੀ ਮਦਦ ਕਰ ਰਿਹਾ, ਜਿੰਨੀਆਂ ਕੁ ਤਰਪਾਲਾਂ ਉਹਦੇ ਕੋਲ ਪਈਆਂ ਨੇ ਦੇਤੀਆਂ, ਬਾਕੀ ਹੁਣ ਬਾਕੀ ਸਰਕਾਰ ਕਰਨੀ, ਉਹ ਸਾਰੀਆਂ ਕਮਜ਼ੋਰੀਆਂ ਸਾਨੂੰ ਸਰਕਾਰ ਹੀ ਦਿਖਾ ਰਹੀ ਹੈ। ਨੁਕਸਾਨ ਤਾਂ ਜੀ ਨੁਕਸਾਨ ਤਾਂ ਕਣਕ ਗਿੱਲੀ ਆਏ ਨੇ, 2 ਦਿਨ ਤੁਲਣਾ ਨਹੀਂ, ਮਾਤ ਚਲੀ ਖੜਾ, ਇਹ ਦਾਣੇ ਵੱਧ ਗਏ, ਨਹੀਂ ਅੱਜ ਜੇ ਤੁਲ ਜਾਂਦੀ ਹੈ ਬਾਹਰ ਦਾ ਨਾਂ ਦਾ ਤੁਲ ਕੇ ਸਾਰੇ ਘਰੋਂ ਜਾਂਦੇ, ਸਾਨੂੰ ਪਰਸੋਂ ਚੌਥੇ ਤੋਂ ਆਸਾਂ 'ਤੇ ਆ ਵੀ ਤੁਲ ਕੇ ਘਰੋਂ ਜਾਵਾਂਗੇ। ਜਿਹੜੇ ਸਾਡੇ ਨਾਲ ਕੈਪਟਨ ਸਾਹਿਬ ਨੇ ਵਾਅਦੇ ਕਰੇ ਤੇ ਬਈ 24 ਘੰਟੇ 'ਚ ਵਿਹਲੇ ਕਰ ਦਿਆ ਕਰਾਂਗੇ, ਤੁਹਾਨੂੰ 8 ਦਿਨਾਂ 'ਚ ਪੈਸੇ ਪਾ ਦਿਆ ਕਰਾਂਗੇ, ਕੋਈ ਸਾਨੂੰ ਪੈਸੇ ਆਉਣ ਵਾਲੀ ਆਸ ਨਹੀਂ ਬਈ ਕਦੋਂ ਦੇਣਗੇ। ਜੇ ਸਾਨੂੰ ਕੱਲ੍ਹ ਤੱਕ ਨਾ ਕੋਈ ਇਹਨਾਂ ਹੱਲ ਕਰਿਆ ਜਾਂ ਸਾਡੀ ਕਣਕ ਨਾ ਤੋਲਾ ਲਾਇਆ, ਤੜਕੇ ਤੋਲ ਸਰਕਾਰ ਨੇ, ਬਾਰਿਸ਼ ਨਾ ਹਟੀ ਹਟ ਗਈ ਬਾਰਿਸ਼ ਅਤੇ ਤੜਕੇ ਤੋਲ ਨਾ ਲਾਇਆ, ਫਿਰ ਅਸੀਂ ਜਿਹੜਾ ਵੱਡਾ ਰੋਡ ਆ ਉਹ ਜਾਮ ਕਰਾਂਗੇ ਸਾਰੇ।